प्रीति प्रीति सॉस ले आई सॉस चक ले इतो ਹਾਂਜੀ ਮੈਂ ਆਲੂ ਵਾਲ ਲੇ ਤੇ ਪਾਈ ਦੇ ਚਿੱਟਾ ਕੇ ਆਲੂ ਇਹਨਾਂ ਆਪਾਂ ਠੰਡੇ ਕਰ ਲੈਣੇ ਆ ਇਹ ਠੰਡੇ ਲੈ ਲਈ ਆਪਣੇ ठंडा मौसम से ਜੇ ਇੱਧਰ ਵੀ ਹੈਗੇ ਆ ਇੱਧਰ ਗਏ ਤਾਂ ਫਿਰ ਕਾਹਦੀ ਸ਼ੂਟ ਕਰੋ ਕਾਹਦੀ ਸ਼ਿਕਾਰ ਜੀ ਅੱਜ ਆਪਾਂ ਆਲੂਆਂ ਵਾਲੇ ਪਰੌਂਠੇ ਬਣਾਵਾਂਗੇ ਅਤੇ ਹੁਣ ਆਪਾਂ ਸਾਰਾ ਕੁਛ ਸਮਾਨ ਤਿਆਰ ਕਰ ਰੱਖਿਆ ਹੈਗਾ ਆਹ ਨੂਣ ਮਿਰਚ ਅਤੇ ਪਿਆਜ਼ ਆਲੂ ਅਤੇ ਆਪਾਂ ਹੁਣ ਆਟਾ ਗੁੰਨਦੇ ਹਾਂ ਗੋਲਡ ਪਲੇਟ ਫੜਾ
ਜਿਵੇਂ ਕਿ ਕਿਸੇ ਨੂੰ ਨਹੀਂ ਆਉਂਦੇ ਹੁੰਦੇ ਵੀ ਭਰ ਕੇ ਬਣਾਉਣੇ, ਅਤੇ ਉਹ ਐਵੇਂ ਵੀ ਬਣਾ ਸਕਦਾ, ਆਟੇ ਦੇ ਵਿੱਚ ਹੀ ਮਿਕਸ ਕਰ ਸਕਦੇ ਆਪਾਂ ਸਾਰਾ ਸਮਾਨ, ਅਤੇ ਇਸ ਵਾਸਤੇ ਵੀ ਕੁਛ ਜਲਦੀ ਵੀ ਬਣ ਜਾਂਦੇ ਇਹ, ਉਹ 'ਚ ਥੋੜ੍ਹਾ ਜਿਹਾ ਟਾਈਮ ਲੱਗਦਾ ਹੈਗਾ ਜਿਹਨੂੰ ਨਹੀਂ ਆਉਂਦੇ ਗੇ, ਅਤੇ ਇਹ ਜਲਦੀ ਬਣ ਜਾਂਦੇ। ਇਸ ਵਾਸਤੇ ਮੈਂ ਤਾਂ ਹੀ ਆਟੇ 'ਚ ਹੀ ਸਾਰਾ ਕੁਛ ਮਿਕਸ ਕਰ ਲਿਆ, ਤੁਸੀਂ ਦੇਖ ਸਕਦੇ ਹੋ ਜਮਾਂ ਮਿਕਸ ਹੋ ਗਿਆ ਵਿੱਚ ਸਾਰਾ ਕੁਛ ਜੀ। ਆਪਾਂ ਤਿਆਰ ਕਰ ਲਾਂਗੇ ਸਾਰਾ ਕੁਛ। ਜਿਹੜੇ ਚਪਾਟੇ ਵੀ ਵਧੀਆ ਬਣ ਜਾਂਦੇ, ਬੈਸਟ ਮੈਂ ਉਹ ਵੀ ਬਣ। ਬਸ ਇੰਨਾ ਵੀ ਥੋੜ੍ਹਾ ਜਿਹਾ ਜਲਦੀ ਬਣ ਜਾਂਦਾ। ਹਾਂਜੀ, ਹੁਣ ਮੈਂ ਆਟਾ ਗੁੰਨ ਲਿਆ ਅਤੇ ਹੁਣ ਮੈਂ ਪਰੌਂਠੇ ਲਾਉਣੇ ਸ਼ੁਰੂ ਕਰੂੰਗੀ, ਅਤੇ ਆਲੂਆਂ ਦੇ ਪਰੌਂਠੇ ਬੱਚਿਆਂ ਨੂੰ ਵੀ ਬਹੁਤ ਪਸੰਦ ਹੈ, ਇਸ ਕਰਕੇ ਮੈਂ ਅੱਜ ਆਲੂਆਂ ਦੇ ਪਰੌਂਠੇ ਬਣਾਉਂਗੀ। ਤੁਸੀਂ ਵੀ ਦੱਸਿਓ ਸਾਨੂੰ ਕਿਵੇਂ ਦਾ ਲੱਗਿਆ ਤੁਹਾਨੂੰ ਆਲੂਆਂ ਦੇ ਪਰੌਂਠੇ ਸਾਡੇ, ਤੁਹਾਨੂੰ ਮੈਂ ਬਣਾ ਕੇ ਦਿਖਾਉਂਦੀ ਹਾਂ। ਸਕਦੇ ਹੁਣ ਮੈਂ ਪੇੜੇ ਬਣਾਉਣੇ ਸ਼ੁਰੂ ਕਰਦੀ ਹਾਂ, ਅਤੇ ਮੈਨੂੰ ਤਾਂ ਬਸ ਇੰਨਾ ਕੁ ਲੋਟ ਲੱਗਦਾ, ਬਾਕੀ ਤੁਸੀਂ ਵੱਡੇ ਛੋਟੇ ਪੇੜਾ ਕਰਨਾ ਹੋਵੇ ਤਾਂ ਕਰ ਸਕਦੇ ਹੋ। ਇਹ 'ਚ ਮੈਂ ਥੋੜ੍ਹਾ ਜਿਹਾ ਘਿਓ ਪਾਇਆ ਵੀ ਵਧੀਆ ਸਾਈਜ਼ ਦੀ ਬਣਨਗੇ ਆਪਣੇ ਪਰੌਂਠੇ। ਮੇਰੇ ਬੱਚਿਆਂ ਨੂੰ ਛੋਟੇ ਛੋਟੇ ਪਸੰਦ ਹੈ ਤਾਂ ਮੈਂ ਛੋਟੇ ਛੋਟੇ ਪਰੌਂਠੇ ਬਣਾ ਰਹੀ ਹਾਂ, ਤੁਸੀਂ ਆਪਦੇ ਮੁਤਾਬਕ ਵੱਡੇ ਵੀ ਲਾਉਣੇ ਹੁੰਦੇ ਵੱਡੇ ਵੀ ਲਾ ਸਕਦੇ ਹੋ, ਪਰ ਮੇਰੇ ਬੱਚਿਆਂ ਨੂੰ ਜਿਵੇਂ ਪਸੰਦ ਹੈ ਮੈਂ ਉਵੇਂ ਹੀ ਬਣਾ ਰਹੀ ਹਾਂ ਅੱਜ। ਮਿਲੀ ਨੀ, ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਤਿਆਰ ਹੋ ਗਿਆ ਆਲੂਆਂ ਦਾ, ਦੇਖੋ ਕਿੰਨਾ ਸੋਹਣਾ ਬਣ ਗਿਆ। ਆਹ ਤੇ ਕਿਹੜਾ ਰੱਖੀ ਹੈ।